ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲਵਪ੍ਰੀਤ ਵਰਮਾ ਵੈਨਿਅਰ ਇੰਗਲਿਸ਼ ਐਂਡ ਕੰਸਲਟੈਂਸੀ ਜਗਰਾਉਂ ਤੋਂ ਸਾਡੀ ਲਗਾਤਾਰ ਇਹੀ ਕੋਸ਼ਿਸ਼ ਰਹਿੰਦੀ ਕਿ ਤੁਹਾਨੂੰ ਇਮੀਗ੍ਰੇਸ਼ਨ ਔਰ ਇਸ ਦੇ ਰਿਲੇਟਡ ਜਿਹੜੇ ਫਰੌਡਸ ਨੇ ਉਹਨਾਂ ਬਾਰੇ ਅਵੇਅਰ ਕਰਦੇ ਰਹੀਏ 15 ਮਾਰਚ ਕੱਲ੍ਹ ਦੀ ਹੀ ਖਬਰ ਹੈ ਕੈਨੇਡਾ ਤੋਂ ਇੱਕ ਖਬਰ ਆ ਰਹੀ ਹੈ 700 ਸਟੂਡੈਂਟਸ ਨੂੰ ਡੈਪੋਟੇਸ਼ਨ ਦੇ ਫਾਰਮਸ ਨੋਟਿਸਿਸ ਭੇਜੇ ਜਾਂਦੇ ਨੇ ਉਹਦੇ ਪਿੱਛੇ ਇੱਕ ਜਲੰਧਰ ਦੀ ਕੰਸਲਟੈਂਸੀ ਦਾ ਬਹੁਤ ਵੱਡਾ ਫਰੌਡ ਸਾਹਮਣੇ ਆਇਆ ਜਿਸ ਦੇ ਵਿੱਚ 700 ਸਟੂਡੈਂਟਸ ਨੂੰ ਫੇਕ ਆਫਰ ਲੈਟਰਸ ਦੇ ਕੇ ਕੈਨੇਡਾ ਭੇਜਿਆ ਗਿਆ ਜੋ ਕਿ ਜਦੋਂ ਉਹ PR ਅਪਲਾਈ ਕਰ ਰਹੇ ਸੀ ਉਸ ਸਮੇਂ ਉਹ ਇਮੀਗ੍ਰੇਸ਼ਨ ਦੀ ਨਿਗਾਹ ਦੇ ਵਿੱਚ ਆਈ ਔਰ 700 ਸਟੂਡੈਂਟਸ ਦਾ ਭਵਿੱਖ ਜਿਹੜਾ ਸੀਗਾ ਉਹ ਦਾਅ 'ਤੇ ਲੱਗ ਗਿਆ ਹੁਣ ਇਹ ਨਹੀਂ ਪਤਾ ਕਿ ਉਹਨਾਂ ਦਾ ਕੀ ਬਣੇਗਾ ਤੋ ਡੈਪੋਟੇਸ਼ਨ ਫਾਰਮਸ ਉਹਨਾਂ ਨੂੰ ਮਿਲ ਗਏ ਨੇ ਹੁਣ ਹੋਇਆ ਕਿ ਇਹ ਸਾਰਾ ਸਿਲਸਿਲੇ ਦੇ ਪਿੱਛੇ ਅਗਰ ਤੁਸੀਂ ਸਟੱਡੀ ਕਰੋ ਤਾਂ ਇਹ ਸਟੂਡੈਂਟਸ ਗਏ ਸੀਗੇ ਕੈਨੇਡਾ ਦਾ ਜਿਹੜਾ ਪੈਕੇਜ ਸਿਸਟਮ ਹੈ ਸੋ ਪੈਕੇਜ ਸਿਸਟਮ 'ਚ ਕੀ ਹੁੰਦਾ ਹੈ 16, 17, 18, 20 ਲੱਖ ਰੁਪਈਆ ਤੁਹਾਡੇ ਤੋਂ ਕੰਸਲਟੈਂਟਸ ਲੈ ਲੈਂਦੇ ਹੈ ਤੁਹਾਨੂੰ ਲੱਗਦਾ ਕਿ ਪਤਾ ਨਹੀਂ ਵੀਜ਼ਾ ਆ ਜਾਏਗਾ ਔਰ ਉਹਦੇ ਵਿੱਚ ਪ੍ਰਾਈਵੇਟ ਕਾਲਜਿਸ ਹੁੰਦੇ ਆ ਹੁਣ ਜਿਵੇਂ ਇਸ ਏਜੰਟ ਨੇ ਤਾਂ ਫੇਕ ਹੀ ਉਹਨਾਂ ਨੂੰ ਆਫਰ ਲੈਟਰਸ ਦਿੱਤੀਆਂ ਸਮਹਾਉ ਇਮੀਗ੍ਰੇਸ਼ਨ ਦੀ ਨਿਗਾਹ ਤੋਂ ਵੀ ਇਹ ਚੀਜ਼ਾਂ ਬਚ ਗਈਆਂ ਇੰਨੇ ਬੱਚੇ ਉੱਧਰ ਪਹੁੰਚ ਚੁੱਕੇ ਹੁਣ ਕੋਈ ਅਤਾ ਪਤਾ ਨਹੀਂ ਜਿਹਨੇ ਭੇਜਿਆ ਸੀ ਉਸਦਾ ਅਤਾ ਪਤਾ ਨਹੀਂ ਔਰ ਬੱਚੇ ਜਿਹੜੇ ਗਏ ਸੀ ਇੰਨਾ ਉਹਨਾਂ ਦਾ ਭਵਿੱਖ ਜਿਹੜਾ ਹੈਗਾ ਦਾਅ 'ਤੇ ਲੱਗ ਗਿਆ ਸੋ ਮੈਂ ਸਾਰਿਆਂ ਨੂੰ ਅਵੇਅਰ ਕਰਾਂਗਾ ਪੈਕੇਜ ਸਿਸਟਮ ਤੋਂ ਬਚੋ ਸਟੈਪ ਬਾਏ ਸਟੈਪ ਸਿਸਟਮ ਨੂੰ ਅਪਣਾਓ ਜਿਸ ਵਿੱਚ ਤੁਹਾਨੂੰ ਕਲੈਰਿਟੀ ਮਿਲੇਗੀ ਕਿੰਨੀ ਤੁਹਾਡੀ ਫੀਸ ਜਾਏਗੀ ਕੀ ਤੁਹਾਡੇ ਖਰਚੇ ਇਮੀਗ੍ਰੇਸ਼ਨ ਤੇ ਆਉਣਗੇ ਜਿਹੜੀ ਉਹਨਾਂ ਦੀ ਫੀਸ ਹੈਗੀ ਹੈ ਕੀ GIC ਐਕਸਪੈਂਸਿਸ ਨੇ ਹੁਣ ਸਟੈਪ ਬਾਏ ਸਟੈਪ ਸਿਸਟਮ ਦੇ ਵਿੱਚ ਸਮਟਾਈਮ ਕਈ ਲੋਕ ਸੋਚਦੇ ਆ ਜੀ ਸਾਨੂੰ 20,000 ਨਾ ਦੇਣਾ ਪਵੇ ਇਨੀਸ਼ੀਅਲ ਫੀਸ ਪ੍ਰੋਸੈਸਿੰਗ ਨਾ ਦੇਈਏ ਅਸੀਂ ਫ੍ਰੀ 'ਚ ਕਰਵਾ ਲਈਏ ਜਾਂ ਪੈਕੇਜ ਸਿਸਟਮ ਲੈ ਲਈਏ ਅਲਟੀਮੇਟਲੀ ਤੁਸੀਂ 2-3-4 ਲੱਖ ਵੱਧ ਦੇ ਦਿੰਦੇ ਹੋ 10-20,000 ਬਚਾਉਣ ਦੇ ਪਿੱਛੇ ਇਸ ਤੋਂ ਇਲਾਵਾ ਪੈਕੇਜ ਸਿਸਟਮ ਦੇ ਵਿੱਚ ਰਿਫਿਊਜ਼ਲ ਰੇਟ ਬਹੁਤ ਜ਼ਿਆਦਾ ਰੀਜ਼ਨ ਬੀਂਗ 100 ਫਾਈਲਾਂ ਲਗਾਉਂਦੇ ਹੋ ਤਾਂ 10-12 ਫਾਈਲਾਂ ਦਾ ਰਿਜ਼ਲਟ ਆਉਂਦਾ ਜੋ ਕਿ ਆਲਰੇਡੀ ਅੱਛੀਆਂ ਹੁੰਦੀਆਂ ਬਿਕੋਜ਼ ਪੈਕੇਜ ਸਿਸਟਮ ਦੇ ਵਿੱਚ ਦੇਖਿਆ ਗਿਆ ਹੈ ਕਿ ਜਿਹੜੇ ਸਰਚ ਫੰਡਸ ਲਗਾਏ ਜਾਂਦੇ ਆ ਬਹੁਤ ਸਾਰੇ ਇੱਦਾਂ ਦੇ ਡਾਕੂਮੈਂਟਸ ਲਗਾਏ ਜਾਂਦੇ ਜਿਹੜੀ ਫਰੋਡੂਲੈਂਟਰੀਜ਼ ਹੁੰਦੀਆਂ ਨੇ ਹੁਣ ਉਹਦੇ ਵਿੱਚ ਤੁਹਾਡਾ ਕੰਟਰੋਲ ਨਹੀਂ ਰਹਿੰਦਾ ਨਾ ਤੁਸੀਂ SOP ਪੜ੍ਹ ਸਕਦੇ ਹੋ ਨਾ ਤੁਹਾਨੂੰ ਕੋਈ ਦੱਸਦਾ ਕਿ ਤੁਹਾਡੇ ਕੀ ਡਾਕੂਮੈਂਟਸ ਲੱਗੇ ਸੀਗੇ ਸਟੈਪ ਬਾਏ ਸਟੈਪ ਸਿਸਟਮ ਦੇ ਵਿੱਚ ਅਸੀਂ ਬੇਸਿਕਲੀ ਜਿਹੜੀ ਸਾਡੀ ਪ੍ਰੈਕਟਿਸ ਹੈ ਅਸੀਂ SOP ਰਾਈਟ ਕਰਕੇ ਬੱਚੇ ਨੂੰ ਰੀਡ ਕਰਵਾਉਂਦੇ ਹਾਂ ਬੱਚੇ ਤੋਂ ਅਪਡੇਟਸ ਲੈਂਦੇ ਹਾਂ ਉਸਦੀ ਸਟੋਰੀ ਐਕਚੁਅਲ ਕੀ ਹੈ ਉਸਨੂੰ ਅਸੀਂ ਇਮੀਗ੍ਰੇਸ਼ਨ ਦੇ ਅੱਗੇ ਪ੍ਰਜੈਂਟ ਕਰਦੇ ਹਾਂ ਹਰ ਚੀਜ਼ ਬੜੀ ਟਰਾਂਸਪੇਰੈਂਸੀ ਨਾਲ ਹੁੰਦੀ ਹੈ ਐਪਲੀਕੇਸ਼ਨ ਇਨੀਸ਼ੀਅਲ ਪ੍ਰੋਸੈਸ ਤੋਂ ਲੈ ਕੇ ਮਿਡਲ ਪ੍ਰੋਸੈਸ ਟਿਲ ਦਾ ਵੀਜ਼ਾ ਐਂਡ ਆਫਟਰ ਵੀਜ਼ਾ ਸਰਵਿਸਿਸ ਅਸੀਂ ਪਹਿਲਾਂ ਹੀ ਡਿਫਾਈਨ ਕਰਕੇ ਤੁਹਾਨੂੰ ਇੱਕ ਪੇਪਰ 'ਤੇ ਲਿਖ ਦਿੰਦੇ ਹਾਂ ਕਿ ਕੀ ਡਾਕੂਮੈਂਟਸ ਚਾਹੀਦੇ ਨੇ ਪ੍ਰੋਸੈਸਿਸ ਕਲਿਸਟਰ ਕਲੀਅਰ ਹੁਣ ਸਾਡਾ 10 ਸਾਲ ਦੇ ਗੈਪ ਵਾਲਾ ਵੀ ਵੀਜ਼ਾ ਆਇਆ ਹੈ ਔਰ ਸਾਡੀ ਜਿਹੜੀ SOPs ਹੁੰਦੀਆਂ ਨੋਰਮਲੀ ਤੁਸੀਂ ਦੇਖੋਗੇ 1-1.5-2 SOPs 2 ਪੇਜਿਸ ਦੇ ਲੋਕ ਲਗਾ ਦਿੰਦੇ ਹੈ ਬਟ ਸਾਡੀ SOPs ਅਗਰ ਤੁਸੀਂ ਦੇਖੋਗੇ 6-6-7-7 ਪੇਜਾਂ ਦੀ ਅਸੀਂ SOP ਖੁਦ ਜਿਹੜੀ ਅਸੀਂ ਤਿਆਰ ਕਰਦੇ ਹਾਂ ਐਜ਼ ਪਰ ਸਿਚੁਏਸ਼ਨ ਐਜ਼ ਪਰ ਇਮੀਗ੍ਰੇਸ਼ਨ ਲਾਜ਼ ਔਰ ਸਟੂਡੈਂਟ ਦੀ ਐਕਚੁਅਲ ਸਿਚੁਏਸ਼ਨ ਨੂੰ ਅਸੀਂ ਉਹਦੇ ਵਿੱਚ ਦਰਸਾਉਂਦੇ ਹਾਂ ਸੋ ਅਸੀਂ ਸਟੈਪ ਬਾਏ ਸਟੈਪ ਦੇ ਵਿੱਚ ਹੀ ਡੀਲ ਕਰਦੇ ਹਾਂ ਅਸੀਂ ਸ਼ੁਰੂ ਤੋਂ ਪੈਕੇਜ ਸਿਸਟਮ ਕਦੀ ਵੀ ਨਹੀਂ ਪ੍ਰਮੋਟ ਕੀਤਾ ਔਰ ਇਹਦੇ ਵਿੱਚ ਸਾਨੂੰ ਬਹੁਤ ਅੱਛਾ ਸਕਸੈਸ ਮਿਲ ਰਿਹਾ ਤੁਸੀਂ ਵੈਨਿਅਰ ਇੰਗਲਿਸ਼ ਨੂੰ ਇੰਸਟਾਗ੍ਰਾਮ ਯੂਟਿਊਬ ਫੇਸਬੁੱਕ 'ਤੇ ਸਬਸਕ੍ਰਾਈਬ ਕਰੋ ਸਾਡੇ ਰਿਜ਼ਲਟ ਦੇਖ ਸਕਦੇ ਹੋ ਯੂਰਪ ਦੇ ਵਿੱਚ ਇੰਟੈਂਸਿਵਲੀ ਅਸੀਂ ਡੀਲ ਕਰ ਰਹੇ ਹਾਂ ਮਾਲਟਾ ਡੈਨਮਾਰਕ ਫਿਨਲੈਂਡ ਸਵੀਡਨ ਹੁਣ ਫਿਨਲੈਂਡ ਡੈਨਮਾਰਕ ਔਰ ਸਵੀਡਨ ਦੇ ਵਿੱਚ ਤੁਸੀਂ ਆਪਣੇ ਸਪਾਊਸ ਨੂੰ ਲੈ ਕੇ ਜਾ ਸਕਦੇ ਹੋ ਬੱਚੇ ਵੀ ਜਾ ਸਕਦੇ ਸੇਮ ਡੇ ਸੇਮ ਫਲਾਈਟ ਆਉਣ ਵਾਲਾ ਜਿਹੜਾ ਸਮਾਂ ਹੈ ਕੈਨੇਡਾ ਆਸਟ੍ਰੇਲੀਆ UK ਜਾਂ US ਦਾ ਨਹੀਂ ਹੈ ਆਉਣ ਵਾਲਾ ਸਮਾਂ ਹੈ ਡੈਨਮਾਰਕ ਸਵੀਡਨ ਫਿਨਲੈਂਡ ਔਰ ਯੂਰੋਪੀਅਨ ਕੰਟਰੀਜ਼ ਦੇ ਵਿੱਚ ਬੈਲਜੀਅਮ ਦੇ ਵਿੱਚ ਅਸੀਂ ਐਕਸਕਲੂਸਿਵਲੀ ਕਰ ਰਹੇ ਹਾਂ ਮਾਲਟਾ ਸਾਡੇ ਕੋਲ ਅਗਰ ਤੁਹਾਡਾ ਘੱਟ ਬਜਟ ਹੈ ਵਿਦਆਊਟ ਆਇਲਸ ਜਾਣਾ ਚਾਹੁੰਦੇ ਹੋ ਮੀਡੀਅਮ ਆਫ ਇੰਸਟਰਕਸ਼ਨ ਹੈ ਅਸੀਂ ਮਾਲਟਾ ਪ੍ਰੋਸੀਡ ਕਰ ਸਕਦੇ ਹਾਂ ਲਾਤਵੀਆ ਕਰ ਸਕਦੇ ਹਾਂ ਹੰਗਰੀ ਹੈ ਸਾਡੇ ਕੋਲ ਐਂਡ ਇਸ ਤੋਂ ਇਲਾਵਾ ਅਸੀਂ ਜੇ ਤੁਸੀਂ ਸਪਾਊਸ ਨਾਲ ਇਕੱਠੇ ਜਾਣਾ ਫਿਨਲੈਂਡ ਹੈ ਡੈਨਮਾਰਕ ਹੈ ਸਵੀਡਨ ਹੈ ਸੋ ਯੂਰੋਪੀਅਨ ਕੰਟਰੀਜ਼ ਅਸੀਂ ਬਹੁਤ ਅੱਛੇ ਸਾਡਾ ਹੋਲਡ ਹੈ ਕੈਨੇਡਾ ਆਸਟ੍ਰੇਲੀਆ UK ਤਾਂ ਕਰ ਹੀ ਰਹੇ ਹਾਂ ਯੂਰੋਪੀਅਨ ਅਸੀਂ ਪੰਜਾਬ ਦੇ ਵਿੱਚ ਮੇਜਰ ਲੈਵਲ 'ਤੇ ਕਰ ਰਹੇ ਹਾਂ ਸੋ ਅਗੇਨ ਮੈਂ ਉਸ ਗੱਲ 'ਤੇ ਆਉਂਦਾ ਕਿ ਪੈਕੇਜ ਸਿਸਟਮ ਤੋਂ ਬਚੋ ਸਟੈਪ ਬਾਏ ਸਟੈਪ ਸਿਸਟਮ ਅਪਣਾਓ ਤਾਂ ਕਿ ਤੁਹਾਨੂੰ ਪਤਾ ਹੋਵੇ ਤੁਹਾਡੀ ਫਾਈਲ ਨਾਲ ਕੀ ਹੋ ਰਿਹਾ ਹੈ ਤੁਹਾਡੀ ਫਾਈਲ ਦਾ ਪ੍ਰੋਸੈਸ ਕਿੱਥੇ ਤੱਕ ਪਹੁੰਚਿਆ
ਕਿੰਨੀ ਤੁਹਾਡੀ ਫੀਸ ਜਾ ਰਹੀ ਹੈ ਕਾਲਜ ਦੀ, ਕਿੰਨਾ ਜੀਆਈਸੀ ਜਾ ਰਿਹਾ ਹੈ, ਕੀ ਤੁਹਾਡੇ ਫੰਡਸ ਜਾਲੀ ਤਾਂ ਨਹੀਂ ਲੱਗ ਰਹੇ, ਕੀ ਤੁਹਾਡੀ ਐਸਓਪੀ ਬਾਰੇ ਤੁਹਾਨੂੰ ਪਤਾ ਹੈ ਕੀ ਲਿਖਿਆ ਜਾ ਰਿਹਾ ਹੈ। ਬਹੁਤ ਸਾਰੇ ਲੋਕ ਆਪਣੀ ਪ੍ਰੋਫਾਈਲ ਨੂੰ ਫੈਬਰੀਕੇਟ ਕਰਕੇ ਲਗਾਉਂਦੇ ਨੇ। ਮੈਂ ਅਕਸਰ ਦੇਖਦਾ ਹਾਂ ਕਿ ਮੈਕਸੀਮਮ ਰਿਫਿਊਜ਼ਲਸ ਆਉਂਦੇ ਆ ਜਿਹੜੇ ਤੁਸੀਂ ਫੇਕ ਡਾਕੂਮੈਂਟਸ ਲਗਾਉਂਦੇ ਹੋ, ਔਰ ਜਿਸ ਤਰ੍ਹਾਂ ਮੰਨਿਆ ਜਾਂਦਾ ਕਿ ਡੈਰੀ ਆਪਾਂ ਦਿਖਾ ਦਿੰਦੇ ਪਿੰਡਾਂ ਦੇ ਵਿੱਚ, ਆਮ ਡੈਰੀ ਬਿਜ਼ਨਸ ਹੁੰਦਾ ਨਹੀਂ ਹੈ, ਇੱਕ ਦੋ ਮੱਝਾਂ ਹੁੰਦੀਆਂ ਡੈਰੀ ਦਿਖਾ ਦਿੰਦੇ। ਡੈਰੀ ਦਾ ਮਤਲਬ 10-12 ਪਸ਼ੂ ਤੁਹਾਡੇ ਕੋਲ ਰੱਖੇ ਹੋਏ ਨੇ, ਕਰੰਟ ਅਕਾਊਂਟ ਤੁਹਾਡਾ ਖੋਲ੍ਹਿਆ ਹੈ, ਰਜਿਸਟਰ ਕਰਵਾਇਆ ਹੈ ਤੁਸੀਂ ਡੈਰੀ ਨੂੰ, ਉਦਯੋਗ ਆਧਾਰ ਕਾਰਡ ਉਹਦਾ ਬਣਿਆ ਹੈ, ਟ੍ਰਾਂਜੈਕਸ਼ਨ ਕਰੰਟ ਅਕਾਊਂਟ ਜਾਂਦੀਆਂ ਉਹਦੇ 'ਚ ਆਉਂਦੀਆਂ, ਫਿਰ ਤੁਸੀਂ ਡੈਰੀ ਦਿਖਾ ਸਕਦੇ ਹੋ। ਸਮਟਾਈਮ ਬਹੁਤ ਇਹੋ ਜਿਹੇ ਡਾਕੂਮੈਂਟਸ ਹੈ ਜਿਹੜੇ ਰਿਕੁਆਇਰਡ ਨਹੀਂ ਹੁੰਦੇ, ਅਸੀਂ ਫਾਈਲ 'ਚ ਲਗਾ ਦਿੰਦੇ ਹਾਂ। ਫੋਰ ਐਨ ਐਗਜ਼ਾਮਪਲ, ਨਵੀਂ ਫਾਈਲ ਅਗਰ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਦੀ ਲਾ ਰਹੇ ਹੋ, ਕਈ ਵਾਰ ਬਹੁਤ ਸਾਰੇ ਏਜੰਟ ਕਹਿੰਦੇ ਜੀ ਤੁਸੀਂ ਆਪਣੀ ITRs ਲਗਾਓ, ਪੇਰੈਂਟਸ ਦੇ ਫਾਈਨੈਂਸ਼ੀਅਲ ਡਾਕੂਮੈਂਟਸ ਲਗਾਓ, ਜਦੋਂ ਕਿ ਇਹਨਾਂ ਡਾਕੂਮੈਂਟਸ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੁੰਦੀ। ਬਿਕੋਜ਼ ਤੁਹਾਡੀ ਇਨਕਮ ਜਿਹੜੀ ਹੁੰਦੀ ਹੈ, ITRs ਆਪਾਂ ਦਿਖਾਉਂਦੇ ਹਾਂ 4 ਲੱਖ, 4.5 ਲੱਖ, ਫੀਸ ਅਸੀਂ ਦਿੰਦੇ ਹਾਂ ਸਾਲ ਦੀ 10 ਲੱਖ, ਤਾਂ ਆਫਿਸਰ ਦੇਖਦਾ ਹੈ ਕਿ ਇਹ 4 ਲੱਖ ਅਗਰ ਕਮਾ ਰਹੇ ਹੈ, ਖਾਣਗੇ ਕੀ ਔਰ ਕਮਾਣਗੇ ਕੀ ਔਰ ਬੱਚੇ ਦੀ ਫੀਸ ਕੀ ਪੇ ਕਰਨਗੇ ਨੈਕਸਟ ਈਅਰ ਦੀ। ਸੋ ਇਹ ਬਹੁਤ ਵੱਡਾ ਰਿਫਿਊਜ਼ਲ ਦਾ ਕਾਰਨ ਹੈ। ਤੁਹਾਡਾ ਫਾਈਨੈਂਸ਼ੀਅਲ ਜਿਹੜਾ ਸਟੇਟਸ ਹੈ, ਤੁਸੀਂ ਇਰਰੈਲੀਵੈਂਸੀ ਜਿਹੜੀ ਹੈ ਡਾਕੂਮੈਂਟਸ ਦੀ, ਜਿੱਥੇ ਜਿੰਨੇ ਕੁ ਡਾਕੂਮੈਂਟਸ ਰਿਕੁਆਇਰਡ ਹੁੰਦੇ ਉਨੇ ਹੀ ਲਗਾਉਣੇ ਚਾਹੀਦੇ। ਓਵਰ ਇਨਫੋਰਮੇਸ਼ਨ, ਓਵਰ ਡਾਕੂਮੈਂਟੇਸ਼ਨ ਇਜ਼ ਅ ਪੋਇਜ਼ਨ। ਸੋ ਹਮੇਸ਼ਾ ਜਦੋਂ ਕਿਸੇ ਕੰਸਲਟੈਂਟ ਦੀ ਭਾਲ ਕਰੋ, ਤੁਸੀਂ 5, 7, 10 ਕੰਸਲਟੈਂਟਸ ਨੂੰ ਮਿਲੋ, ਉਹਨਾਂ ਦੀ ਹਿਸਟਰੀ ਦੇਖੋ, ਵੀਜ਼ਾ ਹਿਸਟਰੀ, ਉਹਨਾਂ ਦੀ ਰੈਂਕਿੰਗ ਦੇਖੋ। ਅੱਜ ਕੱਲ੍ਹ ਗੂਗਲ 'ਤੇ ਸਾਰਾ ਕੁਛ ਪਿਆ, ਗੂਗਲ ਰਿਵਿਊਜ਼ ਪੜ੍ਹੋ। ਤੁਸੀਂ ਵੈਨਿਊਰ ਇੰਗਲਿਸ਼ 'ਤੇ ਸਾਡੇ ਰਿਵਿਊਜ਼ ਪੜ੍ਹੋਗੇ, ਵੀ ਹੈਵ ਮੋਰ ਦੈਨ 325 5-star ਰਿਵਿਊਜ਼ ਐਂਡ ਆਲ ਆਰ 5-star, ਨੋਟ ਈਵਨ ਅ ਸਿੰਗਲ 4-star ਰਿਵਿਊ। ਦੇਖੋ 5-10 ਰਿਵਿਊ ਜਾਲੀ ਹੋ ਸਕਦੇ ਆ, 300 ਰਿਵਿਊ ਨਹੀਂ ਜਾਲੀ ਹੋ ਸਕਦਾ। ਸੋ ਦਿਸ ਇਜ਼ ਦ ਲੈਵਲ ਆਫ ਕੁਆਲਿਟੀ ਜੋ ਅਸੀਂ ਅਚੀਵ ਕਰ ਚੁੱਕੇ ਹਾਂ। ਸਾਡੇ ਲਈ ਤੁਹਾਡੀ ਫਾਈਲ ਇੰਪੋਰਟੈਂਟ ਹੈ, ਸਾਡੇ ਲਈ ਇਹ ਫਾਈਲ ਨਹੀਂ ਹੈ, ਇਹ ਸਾਡੀ ਹੀ ਫਾਈਲ ਹੁੰਦੀ, ਸਾਡੀ ਪ੍ਰੋਫਾਈਲ ਹੁੰਦੀ, ਬਿਕੋਜ਼ ਅਸੀਂ ਕਦੀ ਨਹੀਂ ਚਾਹਵਾਂਗੇ ਕਿ ਸਾਡੇ 'ਤੇ ਕੋਈ ਰਿਫਿਊਜ਼ਲ ਆਵੇ। ਸੋ ਅਗਰ ਤੁਸੀਂ ਅੱਛੀ ਅਸੈਸਮੈਂਟ ਕਰਵਾਉਣਾ ਚਾਹੁੰਦੇ ਹੋ, ਇੱਕ ਰਾਈਟ ਕੰਸਲਟੈਂਟ ਦੀ ਖੋਜ ਦੇ ਵਿੱਚ ਹੋ, ਅੱਜ ਹੀ ਤੁਸੀਂ ਵਿਨ ਯੂਅਰ ਇੰਗਲਿਸ਼ ਦੀ ਟੀਮ ਨਾਲ ਸੰਪਰਕ ਕਰੋ। ਸਾਡੇ ਜਗਰਾਓਂ ਆਫਿਸ ਆ ਕੇ ਮਿਲ ਸਕਦੇ ਹੋ, ਵੀ ਹੈਵ ਹਿਊਜ ਟੀਮ ਦੈਟ ਕੈਨ ਅਸੈਸ ਯੂਅਰ ਫਾਈਲ। ਤੁਸੀਂ ਪਰਸਨਲੀ ਮੈਨੂੰ ਆ ਕੇ ਵੀ ਮਿਲ ਸਕਦੇ ਹੋ। ਸੋ ਐਂਡ ਵਿੱਚ ਮੈਂ ਸਾਰਿਆਂ ਨੂੰ ਫਿਰ ਕਹਾਂਗਾ ਕਿ ਤੁਸੀਂ, ਆਪਾਂ 20,000-30,000 ਬਚਾਉਂਦੇ ਬਚਾਉਂਦੇ ਵੱਡਾ ਨੁਕਸਾਨ ਨਾ ਕਰਵਾਈਏ। ਇੱਦਾਂ ਦੇ ਰਿਫਿਊਜ਼ਲਸ ਆਉਂਦੇ ਨੇ ਪੈਕੇਜ ਸਿਸਟਮ 'ਚ ਜਿਹੜੇ ਬਾਅਦ 'ਚੋਂ ਸੰਭਾਲਣੇ ਬਹੁਤ ਔਖੇ ਹੋ ਜਾਂਦੇ ਆ, ਤਾਂ ਤੁਸੀਂ ਉਸ ਕੰਟਰੀ 'ਚ ਜਾ ਵੀ ਨਹੀਂ ਸਕਦੇ, ਇਸ ਤਰ੍ਹਾਂ ਦੇ ਰਿਫਿਊਜ਼ਲਸ ਉਹ ਲਿਖ ਦਿੰਦੇ ਨੇ। ਸੋ ਮੇਕ ਸ਼ੋਰ ਤੁਸੀਂ ਪੈਕੇਜ ਸਿਸਟਮ ਤੋਂ ਬਚੋ, ਸਟੈਪ ਬਾਏ ਸਟੈਪ ਸਿਸਟਮ ਦੇ ਵਿੱਚ ਆਓ, ਪੈਸੇ ਵੀ ਸੇਵ ਕਰੋ, ਇੰਟੈਂਸਿਵ ਤੁਸੀਂ ਇਹਦੇ 'ਤੇ ਰਿਸਰਚ ਕਰੋ ਕਿ ਤੁਹਾਨੂੰ ਵਾਕਈ ਇਹ ਕਾਲਜ 'ਚ ਜਾਣਾ ਚਾਹੀਦਾ ਹੈ, ਨਹੀਂ ਜਾਣਾ ਚਾਹੀਦਾ, DLI ਅਪਰੂਵਡ ਹੈ ਨਹੀਂ ਹੈ। ਸੋ ਤੁਸੀਂ ਰਿਸਰਚ ਕਰੋਗੇ, ਅਵੇਅਰਨੈਸ ਹੋਏਗੀ, ਤਾਂ ਨੈਚੁਰਲੀ ਤੁਹਾਡਾ ਭਵਿੱਖ ਵਧੀਆ ਬਣੇਗਾ, ਬੱਚੇ ਦਾ ਜਾਂ ਤੁਹਾਡਾ। ਸੋ ਐਂਡ ਵਿੱਚ ਮੈਂ ਇਹ ਕਹੂੰਗਾ ਕਿ ਇਹ ਵੀਡੀਓ ਕਿਸੇ ਵੀ ਕੰਸਲਟੈਂਸੀ ਜਾਂ ਇੰਡੀਵਿਜੁਅਲ ਦੇ ਅਗੇਂਸਟ ਨਹੀਂ ਹੈ, ਇਹ ਸਾਡਾ ਪਰਸਨਲ ਐਕਸਪੀਰੀਅੰਸ ਹੈ, ਵਿਚਾਰ ਹੈ, ਜੋ ਕਿ ਅਸੀਂ ਸਭ ਨੂੰ ਅਵੇਅਰ ਕਰਨ ਵਾਸਤੇ ਦੱਸ ਰਹੇ ਹਾਂ। ਸੋ ਅਗਰ ਕਿਸੇ ਨੂੰ ਵੀ ਇੱਕ ਰਾਈਟ ਗਾਈਡੈਂਸ ਦੀ ਖੋਜ ਹੋਵੇ, ਤੁਸੀਂ ਵਿਨ ਯੂਅਰ ਇੰਗਲਿਸ਼ 'ਤੇ ਜ਼ਰੂਰ ਵਿਜ਼ਿਟ ਕਰੋ। ਸਤਿ ਸ਼੍ਰੀ ਅਕਾਲ।